रियासत मलेरकोटला नूं हुण पंजाब दा 23वां जिला बना दिता गया है। हालांकि इत्थे काफ़ी विकास नहीं होया, पर फिर भी 23वां जिला बनन तो बाद इत्थों दे लोग काफ़ी खुश ने। उत्थे ही आखिरी बेगम मुनवर उन निशा जो हाले भी सही सलामत ने, अज संगरान दे दिहाड़े ते गुरद्वारा हाना नारा विच नतमस्तक होने लई पहुंचे। इस दौरान गुरुद्वारा कमेटी वालों उन्होंने सम्मानित भी किया गया। इस मौके बेगम मुनवर ने कहा कि मैं इत्थे खुश हाँ ते सलामत हाँ। हाँ मैं बहुत खुश हूँ यहाँ पर और तंदुरुस्त हूँ और ठीक हूँ। हाँ मैं बहुत खुश हूँ यहाँ पर और तंदुरुस्त हूँ और ठीक हूँ। ਭੋਗ ਤੇ ਆਏ ਸੀਗੇ ਉਸ ਟਾਈਮ ਤਾਂ ਸਾਰੇ ਬੋਲ ਕੇ ਗਏ ਸੀ ਕਿ ਜੋਬ ਦਾ ਹੀ ਬਹੁਤ ਜਲਦੀ ਕੰਮ ਹੋ ਜਾਏਗਾ। ਕਦੀ ਕਹਿੰਦੇ ਨੇ ਕਿ ਸਾਨੂੰ ਪ੍ਰੂਫ ਲਿਆ ਕੇ ਦਿਖਾਓ ਕਿ ਹਾਂ ਕਰੋਨਾ ਨਾਲ ਹੀ ਡੈਥ ਹੋਈ ਸੀ। ਅਸੀਂ ਝੂਠ ਥੋੜੀ ਬੋਲਾਂਗੇ ਕਿ ਕਰੋਨਾ ਨਾਲ ਨਹੀਂ ਹੋਈ ਸੀ। ਸਾਡੇ ਘਰ ਦੀ ਹਾਲਤ ਵੀ ਠੀਕ ਨਹੀਂ ਹੈ। ਸਾਡੇ ਘਰ 'ਚ ਸਿਰਫ ਮੇਰੇ ਹਸਬੈਂਡ ਹੀ ਸੀ ਜੋ ਜੋਬ ਕਰਦੇ ਸੀ। ਹੁਣ 8-9 ਮਹੀਨੇ ਹੋ ਗਏ ਮੈਨੇ, ਕੋਈ ਵੀ ਇਨਕਮ ਦਾ ਸਾਧਨ ਨਹੀਂ ਹੈ ਹੁਣ ਸਾਡੇ ਕੋਲ। ਮੁੱਖ ਮੰਤਰੀ ਦੇ ਸੁਰੱਖਿਆ ਦਸਤੇ ਦਾ ਸਿਪਾਹੀ, ਮਾਂ ਬਾਪ, ਪਤਨੀ ਤੇ ਬੱਚਿਆਂ ਦਾ ਇੱਕ ਮਾਤਰ ਸਹਾਰਾ ਇਕਲੌਤਾ ਕਮਾਊ ਪੁੱਤ ਸੀ ਸ਼ਹੀਦ ਜਸਪਾਲ ਸਿੰਘ, ਜੋ ਕਿ ਆਪਣਾ ਫਰਜ਼ ਨਿਭਾਉਂਦਿਆਂ ਕੋਰੋਨਾ ਦੇ ਕਾਰਨ ਸ਼ਹੀਦ ਹੋ ਗਿਆ। ਕੀ ਅਜੇ ਵੀ ਇਹ ਪਰਿਵਾਰ ਤਰਸ ਦੇ ਆਧਾਰ ਤੇ ਨੌਕਰੀ ਦੇ ਲਾਇਕ ਨਹੀਂ? ਅਮੀਰ ਮੰਤਰੀਆਂ ਦੇ ਇਹ ਬੱਚੇ, ਮਹਿੰਗੀਆਂ ਗੱਡੀਆਂ ਤੇ ਕਰੋੜਾਂ ਦੀ ਸੰਪਤੀ ਦੇ ਮਾਲਕ, ਕੀ ਇਹ ਲੋਕ ਸੱਚਮੁੱਚ ਤਰਸ ਦੇ ਪਾਤਰ ਨੇ? ਪੰਜਾਬ ਮੰਗਦਾ ਜਵਾਬ। ਉੱਥੇ ਸੰਗਰਾਂਦ ਦੇ ਦਿਹਾੜੇ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਨਾਲ ਨਾਲ KS ਗਰੁੱਪ ਵੱਲੋਂ ਆਈਆਂ ਹੋਈਆਂ ਸੰਗਤਾਂ ਨੂੰ ਸ਼ਾਨਦਾਰ ਬੂਟੇ ਵੰਡੇ ਗਏ ਤੇ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਣ ਨੂੰ ਸੰਭਾਲਣ ਦੀ ਅਪੀਲ ਕੀਤੀ ਗਈ। ਖੁਸ਼ੀ ਮਹਿਸੂਸ ਹੋ ਰਹੀ ਆ, ਮਾਤਾ ਆਪਣੀ ਅੰਮੀ ਜਾਣ ਅੱਜ ਇੱਥੇ ਹਾਦਾ ਨਾਰਾ ਗੁਰਦੁਆਰੇ ਆ ਕੇ ਉਹਨਾਂ ਨੂੰ ਹਾਦਾ ਨਾਰਾ ਗੁਰਦੁਆਰਾ ਕਮੇਟੀ ਵਾਲਿਆਂ ਨੇ ਸਨਮਾਨਿਤ ਕੀਤਾ, ਕਿਉਂਕਿ ਇਹਨਾਂ ਦੇ ਪੁਰਜਾਵਾਂ ਨੇ, ਦਾਦੇ ਪੜਦਾਦਿਆਂ ਨੇ ਸਾਡੇ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਵਾਸਤੇ ਹਾਦਾ ਨਾਰਾ ਮਾਰਿਆ। ਉਸ ਟਾਈਮ ਜਦੋਂ ਕਿ ਔਰੰਗਜ਼ੇਬ ਬਹੁਤ ਜ਼ਿਆਦਾ ਜ਼ਾਲਮ ਸੀਗਾ, ਬਹੁਤ ਜ਼ਿਆਦਾ ਸਿੱਖ ਕੌਮ ਦੇ ਉੱਤੇ ਅਤਿਆਚਾਰ ਹੋ ਰਹੇ ਸੀਗੇ, ਪਰ ਇਹਨਾਂ ਨੇ ਹਾਦਾ ਨਾਰਾ ਮਾਰਿਆ ਸੀ। ਇਸ ਕਰਕੇ ਅਸੀਂ ਅੱਜ ਇਹਨਾਂ ਨੂੰ ਸਨਮਾਨਿਤ ਕਰਕੇ ਅਸੀਂ ਆਪਣੇ ਆਪ ਮਾਣ ਮਹਿਸੂਸ ਕਰ ਰਹੇ ਹਾਂ ਕਿ ਇਹ ਸਾਡੇ ਕਹਿਣ ਸਾਡੀ ਰਿਕੁਐਸਟ 'ਤੇ ਆਏ ਆ। ਕਮਲਜੀਤ ਅਤੇ ਮਹਿਮੂਦ ਜੀ ਖਾਸ ਕਰਕੇ ਜਿਨ੍ਹਾਂ ਨੇ, ਅਤੇ ਆਪਣੇ ਨੰਨੂ ਜੀ ਦਾ, ਟਵਾਣਾ ਜੀ ਸਾਰਿਆਂ ਦਾ, KS ਗਰੁੱਪ ਵਾਲਿਆਂ ਦਾ, ਆਪਣਾ ਇੰਦਰਜੀਤ ਮੁੰਡੇ ਜੀ ਦਾ, ਅੱਜ ਇਹਨਾਂ ਦੇ 100 ਸਾਲ ਦੇ ਕਰੀਬ ਉਮਰ ਹੋਣ ਵਾਲੀ, ਇਹਨਾਂ ਤੋਂ ਅੱਜ ਅਸੀਂ ਬੂਟੇ ਬਣਾਉਣੇ ਤਾਂ ਕਿ ਉਹ ਜਿਹੜੇ ਬੂਟੇ ਉਹ ਵੀ 100 ਸਾਲ ਮਲੇਰਕੋਟਲੇ ਨੂੰ ਆਪਣੀ ਪਵਨ ਪਾਣੀ ਅਤੇ ਸਭ ਕੁਝ ਦਿੰਦੇ ਰਹਿਣ, ਤਾਂ ਕਿ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ। ਸਿੱਖ ਇਤਿਹਾਸ ਲਈ ਬਹੁਤ ਵੱਡਾ ਦਿਨ ਆ, ਕਿਉਂਕਿ ਮਲੇਰਕੋਟਲਾ ਨੇ ਉਸ ਟਾਈਮ 'ਚ ਸਾਡੇ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਲਈ ਹਾਦਾ ਨਾਰਾ ਮਾਰਿਆ ਸੀ। ਇਹਨਾਂ ਨੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਇਹਨਾਂ ਨੂੰ ਇੱਕ ਸ੍ਰੀ ਸਾਹਿਬ ਵੀ ਦਿੱਤੀ, ਜੋ ਕਿ ਇਹਨਾਂ ਦੇ ਘਰੇ ਆਪਣੇ ਮਹਿਲ ਵਿੱਚ ਸ਼ੋਭਿਤ ਹੈ। ਇਸ ਕਰਕੇ ਅਸੀਂ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਹੇ ਹਾਂ। ਅੱਜ ਸਾਵਣ ਦਾ ਪਹਿਲਾ ਮਹੀਨਾ ਸ਼ੁਰੂ ਹੋ ਰਿਹਾ ਅਤੇ ਅੱਜ ਜੋ ਮਤਲਬ ਹਾਦਾ ਨਾਰਾ ਮਾਰਿਆ ਸੀ ਪਹਿਲਾਂ ਸ਼ੇਰ ਖਾਂ ਨੇ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਬਾਰੇ, ਤਾਂ ਉਹ ਸਰਾਈ ਇਸੇ ਸਾਡੇ ਮਾਤਾ ਜੀ ਕਹਿ ਦਿੰਦੇ ਹਾਂ ਵੀ ਇਹ ਆਏ ਹੋਏ ਨੇ ਇੱਥੇ, ਇਹਨਾਂ ਦੀ ਉਮਰ ਵੀ 100 ਸਾਲ ਦੇ ਕਰੀਬ ਹੋ ਚੁੱਕੀ ਹੈ ਅਤੇ ਇਹ ਗੁਰਦੁਆਰਾ ਸਾਹਿਬ ਅੱਜ ਦੂਸਰੀ ਵਾਰ ਆਏ ਹਾਂ ਅਤੇ ਮੈਂ ਬਹੁਤ ਖੁਸ਼ੀ ਮਹਿਸੂਸ ਕਰਦਾ ਕਿ ਮਤਲਬ ਹੈ ਮਾਲਕ ਨੇ ਇਹਨਾਂ ਨੂੰ ਇੱਥੇ ਲਿਆਂਦਾ ਅਤੇ ਇਹਨਾਂ ਨੂੰ ਤੰਦਰੁਸਤੀ ਬਖਸ਼ੇ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ। ਤਾਂ ਦਿਨ ਬਹੁਤ ਵੱਡਾ ਭਾਗਾ ਹੈ, ਕਿਉਂਕਿ ਸ਼ੇਰ ਮੁਹੰਮਦ ਖਾਨ ਦੇ ਜੋ ਲਾਸਟ ਵਾਰਸ ਨੇ ਬੇਗਮ ਸਾਹਿਬ, ਬੇਗਮ ਮਨਵਰ ਔਰ ਨਿਸ਼ਾ ਜੀ, ਅੱਜ ਇੱਥੇ ਆਏ ਨੇ ਜਿਹੜੇ ਹਰਿਆਲੀ ਨੂੰ ਅੱਗੇ ਤੋਰਨ ਲਈ, ਤਾਂ ਜੋ ਆਪਣਾ ਪਵਨ ਗੁਰੂ ਪਾਣੀ ਪਿਤਾ ਜਿਕਣਾ ਸਲੋਕ ਦੇ ਅਨੁਸਾਰ ਉਹਨੂੰ ਅੱਗੇ ਵਧਾਉਣ ਲਈ ਆਏ ਨੇ। ਅਸੀਂ ਬੜੀ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਇਹਨਾਂ ਨੇ ਇਸ ਪ੍ਰੋਗਰਾਮ ਵਿੱਚ ਆ ਕੇ 4 ਚੰਨ ਲਾਏ। ਬੇਗਮ ਸਾਹਿਬ ਦੀ ਅੱਜ ਖੁਸ਼ੀ ਦਾ ਟਿਕਾਣਾ ਨਹੀਂ ਹੈ ਕਿ ਉਹ ਅੱਜ ਦੂਸਰੀ ਵਾਰ ਇੱਥੇ ਆਏ ਨੇ। ਇੱਕ ਵਾਰ ਤਾਂ ਸਰਦਾ ਯਾਤਰਾ ਚੱਲੀ ਸੀ, ਉਦੋਂ ਕੈਪਟਨ ਅਮਰਿੰਦਰ ਸਿੰਘ ਆਪਣੇ ਸ਼ਾਸਤਰ ਲੈ ਕੇ ਗੁਰੂਆਂ ਦੇ ਅਤੇ ਇੱਥੇ ਆਏ ਸੀ। ਇਹ ਸ਼੍ਰੀ ਸਾਹਿਬ ਲੈ ਕੇ ਇੱਥੇ ਹਾਜ਼ਰ ਹੋਏ ਸੀ ਆਪਣੇ ਹਾਦਾ ਨਾਰਾ ਗੁਰਦੁਆਰਾ ਸਾਹਿਬ ਦੇ ਵਿੱਚ। ਅੱਜ ਦੂਸਰੀ ਵਾਰ ਇਹਨਾਂ ਨੂੰ ਇੱਥੇ ਮੌਕਾ ਮਿਲਿਆ ਆਉਣ ਦਾ ਅਤੇ ਬੜੀ ਖੁਸ਼ੀ ਮਹਿਸੂਸ ਕਰ ਰਹੇ ਹਨ ਕਿ ਅੱਜ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਹਾਜ਼ਰ ਹੋਈ ਹਾਂ, ਅੱਗੇ ਨੂੰ ਵੀ ਮੈਂ ਹਾਜ਼ਰੀ ਲਗਾਉਂਦੀ ਰਹੂੰ ਜਦ ਤੱਕ ਮੇਰੀ ਜ਼ਿੰਦਗੀ ਹੈ। ਮਲੇਰਕੋਟਲਾ ਤੋਂ ਬਿਊਰੋ ਰਿਪੋਰਟ, ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਪੈਪ ਟੀਵੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ
अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इना ही नहीं, अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल, तुहाडी अपनी आवाज, पंजाब दी आवाज, अजीत।